ਪਟਿਆਲਾ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਦੀ ਲਾਮਿਸਾਲ ਕਾਰਗੁਜ਼ਾਰੀ ਦੇ ਚੱਲਦੇ ਦੋ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਲੰਡਨ ਫੈਸ਼ਨ ਵੀਕ ਲਈ ਚੋਣ ਕੀਤੀ ਗਈ, ਜਿਸ ਦੇ ਚੱਲਦੇ ਇਸ ਵਾਰ ਲੰਡਨ ਫੈਸ਼ਨ ਵੀਕ ਦੌਰਾਨ ਫੈਸ਼ਨ ਸਕਾਊਟ ਵਿਖੇ ਆਪਣੀ ਕਾਰਗੁਜ਼ਾਰੀ ਪੇਸ਼ ਕੀਤੀ ਗਈ, ਜਿਸ ਦੀ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਫੈਸ਼ਨ ਜਗਤ ਵੱਲੋਂ ਸ਼ਲਾਘਾ ਕੀਤੀ ਗਈ। ਦੇਸ਼ ਭਰ ਤੋਂ 5,000 ਤੋਂ ਵੱਧ ਉਮੀਦਵਾਰਾਂ ਵੱਲੋਂ ਆਪਣੀ ਕਾਰਗੁਜ਼ਾਰੀ ਭੇਜੀ ਗਈ ਸੀ, ਜਿਨ੍ਹਾਂ ਵਿੱਚੋਂ ਨਿਫਟ ਪਟਿਆਲਾ ਦੇ ਹਰਮਨਜੋਤ ਕੌਰ ਤੇ ਸ਼ਿਖਾ ਗੋਥਵਾਲ ਦੀ ਚੋਣ ਕੀਤੀ ਗਈ, ਜਿਨ੍ਹਾਂ ਦਾ ਪਟਿਆਲਾ ਪਹੁੰਚਣ ਤੇ ਨਿਫਟ ਦੇ CEO ਅਨਿਲ ਖੋਸਲਾ ਅਤੇ ਨਿਫਟ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੌਕੇ ਨਿਫਟ ਪਟਿਆਲਾ ਦਾ ਪ੍ਰੋਸਪੈਕਟਸ ਵੀ ਜਾਰੀ ਕੀਤਾ ਗਿਆ। ਇਸ ਸੰਬੰਧੀ ਨਿਫਟ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਨੇ ਦੱਸਿਆ ਕਿ ਲੰਡਨ ਫੈਸ਼ਨ ਵੀਕ ਵਿੱਚ ਹਰਪ੍ਰੀਤ ਕੌਰ ਵੱਲੋਂ ਰੋਜ਼ ਵਿੰਡੋ ਸਟੇਨ ਗਲਾਸ ਤੇ ਸ਼ਿਖਾ ਗੋਥਵਾਲ ਵੱਲੋਂ ਹੈਰੀਟੇਜ ਆਫ ਪੰਜਾਬ ਨੂੰ ਪੇਸ਼ ਕਰਨ ਦੀ ਕਾਰਗੁਜ਼ਾਰੀ ਪੇਸ਼ ਕੀਤੀ ਜਾ ਰਹੀ ਹੈ। ਕਥੂਰੀਆ ਨੇ ਦੱਸਿਆ ਕਿ ਦੋਵੇਂ ਵਿਦਿਆਰਥੀਆਂ ਦੀ ਕੜੀ ਮਿਹਨਤ ਸਦਕਾ ਹੀ ਅੱਜ ਉਹਨਾਂ ਨੇ ਇਸ ਮੁਕਾਮ ਨੂੰ ਹਾਸਿਲ ਕੀਤਾ। ਮੈਂ ਹਮੇਸ਼ਾ ਬੀਂਗ NIFT ਡਾਇਰੈਕਟਰ ਦੇ ਬਿਲੀਵ ਕਰਦੀ ਹਾਂ ਕਿ ਸਭ ਤੋਂ ਜ਼ਿਆਦਾ ਮਿਹਨਤ ਹਮੇਸ਼ਾ ਬੱਚੇ ਦੀ ਹੁੰਦੀ ਹੈ। ਅਸੀਂ ਐਜ਼ ਅ ਮੈਂਟੋਰ ਉਹਨਾਂ ਨੂੰ ਗਾਈਡ ਕਰਦੇ ਹਾਂ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨਾ, ਹਿੰਮਤ ਨਾ ਬੱਚੇ ਹਾਰਨ, ਇਹ ਸਾਡੀ ਡਿਊਟੀ ਰਹਿੰਦੀ ਹੈ। ਬਟ ਉਹਨਾਂ ਦਾ ਸਭ ਤੋਂ ਵੱਡੀ ਹਿੰਮਤ ਉਹ ਦਿਖਾਉਂਦੇ ਹੈ ਕਿ ਇੱਕ ਡ੍ਰੀਮ ਲੈਣਾ ਔਰ ਉਹਨੂੰ ਪੂਰਾ ਕਰਨਾ। ਅੱਜ ਜੋ ਦੋ ਨਾਮ ਮੇਰੇ ਬੈਨਰ ਦੇ ਥੱਲੇ ਬੱਚਿਆਂ ਦੇ ਆਏ ਹੈ, ਦੇ ਵਿਲ ਬੀ ਮਾਈ ਬ੍ਰੈਂਡ ਅੰਬੈਸਡਰ ਫੋਰ ਦਿਸ ਸੀਜ਼ਨ। ਮੇਰੇ ਐਡਮਿਸ਼ਨ ਸੀਜ਼ਨ ਲਈ ਜਿੱਥੇ ਵੀ ਮੇਰੀ ਹੋਰਡਿੰਗ ਬ੍ਰੈਂਡਿੰਗ ਜਾਣਗੀਆਂ, ਉੱਥੇ ਸ਼ਿਖਾ ਗੋਥਵਾਲ ਅਤੇ ਹਰਮਨਜੋਤ ਕੌਰ ਦਾ ਨਾਮ ਅਤੇ ਪਿਕਸ ਨਾਲ ਜਾਏਗੀ। ਕੁੜੀਆਂ ਨੇ ਜੀ, ਮੁੰਡਾ ਤਾਂ ਕੋਈ ਹੈ ਨਹੀਂ ਸਾਡਾ। ਕੀ ਮੈਸੇਜ ਦੇਣਾ? ਅਸੀਂ ਤਾਂ ਇਹ ਕਹਿੰਦੇ ਵੀ ਬੇਟੀਆਂ ਵਰਗਾ ਤਾਂ ਕੋਈ ਕੰਮ ਨਹੀਂ ਜੀ, ਬੇਟੀਆਂ ਸਾਡਾ ਨਾਮ ਰੋਸ਼ਨ ਕਰਿਆ ਜੀ ਨੇ ਸਰ।